प्रोग्राम जीवन अति फलसफा देख रहे सारे दर्शकों का बहुत बहुत स्वागत। अज असी एक महान योद्धा कलम दे तनी बाबा जीवन सिंह जी जिन्हों भाई जेता जी भी कहा जाता है उन्होंने जन्म दिहाड़े से उन्होंने जीवन अति फलसफे से गलबात करांगे। गलबात करने साडे स्टूडियो विच आए ने शहीद बाबा जीवन सिंह जी विद्यक अति भलाई ट्रस्ट के चेयरमैन सरदार जसवंत सिंह जी। आप जी का बहुत बहुत स्वागत है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਬਾਬਾ ਜੀਵਨ ਸਿੰਘ ਜੀ ਇੱਕ ਮਹਾਨ ਸ਼ਖਸੀਅਤ ਦਾ ਨਾਮ ਹੈ। ਉਹਨਾਂ ਦਾ ਨਾਮ ਸਿੱਖ ਧਰਮ ਵਿੱਚ ਬੜੇ ਅਦਬ ਨਾਲ ਲਿਆ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਉਹਨਾਂ ਦੇ ਜਨਮ ਤੋਂ। ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ ਅਤੇ ਉਹਨਾਂ ਦਾ ਪਰਿਵਾਰਿਕ ਪਿਛੋਕੜ ਕੀ ਸੀ ਅਤੇ ਉਹਨਾਂ ਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਾਂਝ ਕਦੋਂ ਅਤੇ ਕਿਵੇਂ ਹੋਈ। ਭਾਈ ਜੇਤਾ ਜੀ ਦਾ ਜਨਮ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ 1661 ਈਸਵੀ ਵਿੱਚ ਗੁਰੂ ਤੇਗ ਬਹਾਦਰ ਦੇ ਆਸ਼ੀਰਵਾਦ ਨਾਲ ਹੋਇਆ ਜੀ ਸਰ। ਉਹਨਾਂ ਦਾ ਨਾਮ ਜੈਤਾ ਹਰਮਦਾਨ ਜੇਤੂ ਇਹ ਨਾਮ ਗੁਰੂ ਤੇਗ ਬਹਾਦਰ ਜੀ ਨੇ ਬਖਸ਼ਿਸ਼ ਕੀਤਾ। ਭਾਈ ਜੈਤਾ ਜੀ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਇਕੱਠੇ ਪੜ੍ਹੇ ਔਰ ਗੁਰੂ ਘਰ 'ਚ ਪਲੇ ਪੜ੍ਹੇ ਅਤੇ ਜਵਾਨ ਹੋਏ ਔਰ ਗੁਰੂ ਗੋਬਿੰਦ ਸਿੰਘ ਜੀ ਨਾਲ ਇਕੱਠੇ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ 1673 ਈਸਵੀ ਤੱਕ ਖੇਡਦੇ ਰਹੇ ਅਤੇ 1673 ਈਸਵੀ ਤੋਂ ਬਾਅਦ ਇਹ ਪਰਿਵਾਰ ਗੁਰੂ ਸਾਹਿਬ ਦਾ ਅਨੰਦਪੁਰ ਸਾਹਿਬ ਆ ਗਿਆ ਅਤੇ ਅਨੰਦਪੁਰ ਸਾਹਿਬ ਵਿੱਚ ਵੀ ਗੁਰੂ ਸਾਹਿਬ ਦੇ ਨਾਲ ਇਕੱਠੇ ਪੜ੍ਹਦੇ ਰਹੇ ਅਤੇ ਟ੍ਰੇਨਿੰਗ ਕਰਦੇ ਰਹੇ। ਇਸ ਕਰਕੇ ਦੋਨਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਜੈਤਾ ਜੀ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਸੀ। ਜਿੱਥੇ ਉਹ ਜੋ ਉਹਨਾਂ ਦੋਸਤ ਸੀ ਉੱਥੇ ਉਹ ਗੁਰੂ ਅਤੇ ਚੇਲਾ ਵੀ ਸਨ। ਸੋ ਇਸ ਕਰਕੇ ਭਾਈ ਜੈਤਾ ਜੀ ਦਾ ਪਰਿਵਾਰ ਗੁਰੂ ਨਾਨਕ ਸਾਹਿਬ ਅਤੇ ਇਸ ਪਰਿਵਾਰ ਦਾ ਰਿਸ਼ਤਾ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਭਾਈ ਕਲਿਆਣਾ ਜੀ ਇਹਨਾਂ ਦੇ ਬਜ਼ੁਰਗ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਗੁਰੂ ਸਾਹਿਬਾਨ ਦੇ ਉਹਨੇ ਦਰਸ਼ਨ ਦਿਦਾਰੇ ਕੀਤੇ ਔਰ ਗੁਰੂ ਘਰ ਦੀ ਸੇਵਾ ਕੀਤੀ ਜੀ ਸਰ। ਜਦੋਂ ਉਹ ਸਵਰਗ ਸਧਾਰੇ ਤਾਂ ਉਹਨਾਂ ਦਾ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਮਦਾਸ ਵਿਖੇ ਆਪਣੇ ਹੱਥੀਂ ਕੀਤਾ। ਉਹਨਾਂ ਦੇ ਪੁੱਤਰ ਹੋਏ ਸੁਖਭਾਨ ਜੀ ਜੋ ਸੰਗੀਤ ਚਿਹਰੇ ਸਨ ਅਤੇ ਸੁਖਭਾਨ ਜੀ ਦੇ ਪੁੱਤਰ ਹੋਏ ਜਸਭਾਨ ਜੀ। ਜਸਭਾਨ ਜੀ ਦੇ ਦੋ ਪੁੱਤਰ ਹੋਏ ਭਾਈ ਸਦਾਨੰਦ ਜੀ ਅਤੇ ਭਾਈ ਆਗਿਆ ਰਾਮ ਜੀ। ਭਾਈ ਸਦਾਨੰਦ ਜੀ ਦੇ ਦੋ ਪੁੱਤਰ ਹੋਏ ਭਾਈ ਜੀਵਨ ਸਿੰਘ ਜੀ ਔਰ ਭਾਈ ਸੰਗਤਾ ਜੀ। ਪਰਿਵਾਰ ਪਿਛੋਕੜ ਇਹ ਪਰਿਵਾਰ ਪਿਛੋਕੜ ਹੈ ਜੀ ਔਰ ਸਾਰੇ ਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਇਸ ਪਰਿਵਾਰ ਨੇ 239 ਸਾਲ ਗੁਰੂ ਘਰ ਦੇ ਨਾਲ ਬਹੁਤ ਵਫਾਦਾਰੀ ਨਿਭਾਈ। ਜਿਸ ਦਾ ਬਹੁਤ ਪਿਆਰ ਸੀ ਗੁਰੂ ਘਰ ਨਾਲ, ਗੁਰੂ ਘਰ ਨਾਲ ਪਿਆਰ ਸੀ ਜੀ, ਵਫਾਦਾਰੀ ਨਿਭਾਈ ਔਰ ਜਿਹਦਾ ਰਿਜ਼ਲਟ ਇਹ ਹੋਇਆ ਕਿ ਗੁਰੂ ਦੇ ਬੇਟੇ ਬਣ ਗਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ 5 ਪਿਆਰਿਆਂ 'ਚ ਭਾਈ ਜੈਤਾ ਜੀ ਨੂੰ ਸ਼ਾਮਿਲ ਕੀਤਾ। ਬਾਬਾ ਜੀਵਨ ਸਿੰਘ ਜੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਗਲਬੱਕੜੀ ਪਾ ਕੇ ਰੰਗਰੇਟਾ ਗੁਰੂ ਕਾ ਬੇਟਾ ਕਿਹਾ। ਅਤੇ ਹੁਣ ਤੁਸੀਂ ਇਹ ਸਾਨੂੰ ਦੱਸੋ ਕਿ ਸਿਰਫ ਬਾਬਾ ਜੀਵਨ ਸਿੰਘ ਜੀ ਨੂੰ ਕਿਉਂ ਚੁਣਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਉਣ ਲਈ, ਜਦਕਿ ਹੋਰ ਵੀ ਬਹੁਤ ਸਾਰੇ ਸਿੱਖ ਸਨ ਦਿੱਲੀ ਵਿੱਚ? ਇਹ ਇਸ ਤਰ੍ਹਾਂ ਸੀ ਜੀ, 11 ਨਵੰਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ 25 ਮਈ 1675 ਈਸਵੀ ਨੂੰ ਕਿਸ਼ਮਨੀ ਪੰਡਿਤਾਂ ਅਨੰਦਪੁਰ ਸਾਹਿਬ ਪਹੁੰਚੇ ਜੀ। ਪੰਡਿਤਾਂ ਦਾ ਆਪਣੀ ਸਾਰੀ ਵਿੱਥਿਆ ਗੁਰੂ ਸਾਹਿਬ ਨੂੰ ਸੁਣਾਈ। ਗੁਰੂ ਸਾਹਿਬ ਨੇ ਬਚਨ ਕੀਤੇ ਕਿ ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਕਿ ਜੇਕਰ ਸਾਡਾ ਗੁਰੂ ਧਰਮ ਇਸਲਾਮ ਧਰਮ ਕਬੂਲ ਕਰ ਲਏਗਾ ਤਾਂ ਅਸੀਂ ਵੀ ਸਾਰੇ ਇਸਲਾਮ ਧਰਮ ਕਬੂਲ ਕਰ ਲਵਾਂਗੇ। ਪੰਡਿਤਾਂ ਨੇ ਸਾਰੀ ਗੱਲ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਗੱਲ ਪੰਡਿਤਾਂ ਨੇ ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਿਆ। ਔਰੰਗਜ਼ੇਬ ਨੇ ਤਾਂ ਕਿਹਾ ਸੀ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਜਾਂ ਤਾਂ ਕਰਮ ਆਦਿ ਦਿਖਾਓ ਜਾਂ ਇਸਲਾਮ। ਫਿਰ ਉਸ ਤੋਂ ਬਾਅਦ 25 ਜੁਲਾਈ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਭਾਈ ਜੈਤਾ ਜੀ, ਭਾਈ ਉਦੇ ਜੀ, ਭਾਈ ਗੁਰਦਿੱਤਾ ਜੀ ਇਹਨਾਂ ਦੇ ਨਾਲ 6 ਸਿੰਘਾਂ ਦੇ ਨਾਲ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਨਾਲ ਅਨੰਦਪੁਰ ਸਾਹਿਬ ਤੋਂ ਚਾਲੇ ਪਾਤੇ। 30 ਸਤੰਬਰ 1675 ਈਸਵੀ ਨੂੰ ਇਹ ਇਹਨਾਂ ਨੂੰ ਆਗਰੇ ਤੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਇਹਨੇ ਭਾਈ ਜੈਤਾ ਜੀ ਨਾਲ ਸੀ, ਭਾਈ ਜੈਤਾ ਜੀ, ਭਾਈ ਉਦੇ ਜੀ, ਭਾਈ ਗੁਰਦਿੱਤਾ ਜੀ, ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਇਹ ਦਿੱਲੀ ਚਾਂਦਨੀ ਚੌਕ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ। ਉੱਥੇ ਕੋਤਵਾਲ ਖਵਾਜ਼ਾ ਅਬਦੁੱਲਾ ਦੀ ਡਿਊਟੀ ਸੀ। ਗੁਰੂ ਸਾਹਿਬ ਦੀ ਆਗਿਆ ਦੇ ਨਾਲ ਭਾਈ ਜੈਤਾ ਜੀ, ਭਾਈ ਉਦੇ ਜੀ, ਭਾਈ ਗੁਰਦਿੱਤਾ ਜੀ ਇਹ ਜੇਲ੍ਹ 'ਚੋਂ ਬਾਹਰ ਆ ਗਏ। ਭਾਈ ਜੈਤਾ ਜੀ ਨੂੰ 57 ਸ਼ਲੋਕ ਹਾਂਜੀ ਅਬਦੁੱਲਾ ਜੀ ਔਰ ਔਰੰਗਜ਼ੇਬ ਦੀ ਬੇਟੀ ਜੈਬੁਨੇਸ਼ਾ ਦੀ ਮਦਦ ਔਰ ਭਾਈ ਜੈਤਾ ਜੀ 57 ਸ਼ਲੋਕ, 5 ਪੈਸੇ ਨਾਰੀਅਲ ਤਿਲਕ ਲੈ ਕੇ
ਗੁਰੂ ਸਾਹਿਬ ਨੇ ਬਚਨ ਕੀਤੇ ਕਿ ਅਨੰਦਪੁਰ ਸਾਹਿਬ ਜਾ ਕੇ ਗੋਬਿੰਦ ਰਾਏ ਜੀ ਨੂੰ ਦੇਖਿਆ ਉਹ ਔਰ ਭਾਈ ਉਦੇ ਜੀ ਭਾਈ ਗੁਰਦਿੱਤਾ ਜੀ ਨੂੰ ਕਿਹਾ ਤੁਸੀਂ ਭਾਈ ਕਲਿਆਣ ਦੀ ਧਰਮਸਾਲ ਠਹਿਰ ਕੇ ਦਿੱਲੀ ਦੀਆਂ ਘਟਨਾਵਾਂ 'ਤੇ ਨਜ਼ਰ ਰੱਖੋ। ਭਾਈ ਜੇਤਾ ਜੀ 322 ਕਿਲੋਮੀਟਰ ਸਫ਼ਰ ਕਰਕੇ 5 ਪੈਸੇ ਨਾਰੀਅਲ ਤਿਲਕ ਅਤੇ 57 ਸ਼ਲੋਕ ਲੈ ਕੇ ਅਨੰਦਪੁਰ ਸਾਹਿਬ ਪਹੁੰਚ ਗਿਆ। ਅਨੰਦਪੁਰ ਸਾਹਿਬ ਪਹੁੰਚਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰੀ ਗੱਲ ਦੱਸੀ ਕਿ ਸ਼ਹੀਦੀ ਹੋਣੀ ਟੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੀਵਾਨ ਸਜਾਇਆ ਅਤੇ ਕਿਹਾ ਕੋਈ ਇਹੋ ਜਿਹਾ ਸਿੰਘ ਹੈ ਜਿਹੜਾ ਕਿ ਦਿੱਲੀਓਂ ਸਾਡੇ ਪਿਤਾ ਦਾ ਸੀਸ ਲੈ ਕੇ ਆਵੇ। ਗੁਰੂ ਸਾਹਿਬ ਦੇ ਦਰਬਾਰੀ ਕਵੀ ਕਾਂਕਣ ਦੀਆਂ ਦੋ ਲਾਈਨਾਂ ਬੜੀਆਂ ਵਧੀਆ। ਉਹਨਾਂ ਨੇ ਕਿਹਾ, ਔਰ ਸਵੇ ਚੁੱਪ ਕਰ ਗਏ, ਮਜ਼ਬੀ ਉੱਠਿਆ ਰੋਏ, ਮੈਂ ਹੀ ਉੱਦਮ ਕਰੂੰਗਾ ਹੋਣੀ ਹੋਏ ਸੋ ਹੋਏ। ਤਾਂ ਗੁਰੂ ਸਾਹਿਬ ਦੇ ਬਚਨ ਸੁਣ ਗੁਰੂ ਸਾਹਿਬ ਦੇ ਨੇ ਆਗਿਆ ਕੀਤੀ ਦਿੱਲੀ ਜਾਣ ਦੀ, ਨਾਲ ਹੀ ਕਿਹਾ ਕਿ ਤੁਸੀਂ ਦਿੱਲੀ ਤੋਂ ਸੀਸ ਲੈ ਕੇ ਆਓ। ਅਤੇ ਭਾਈ ਜੇਤਾ ਜੀ ਨਾਭਾ ਸਾਹਿਬ, ਤਰਾਵੜੀ, ਬਾਗਪਤ ਹੁੰਦੇ ਹੋਏ ਦਿੱਲੀ ਪਹੁੰਚੇ ਔਰ ਦਿੱਲੀ ਜਾ ਕੇ ਇਹਨਾਂ ਨੇ ਭਾਈ ਕਲਿਆਣ ਦੀ ਧਰਮਸਾਲਾ ਪਹੁੰਚੇ। ਉੱਥੇ ਬਾਦਸ਼ਾਹ ਜਿਹੜਾ ਬਾਦਸ਼ਾਹ ਔਰੰਗਜ਼ੇਬ ਦੇ ਆਪਣੇ ਕੋਤਵਾਲ ਖਵਾਜ਼ਾ ਅਬਦੁੱਲਾ ਸੀ, ਜਿਹੜਾ ਚਾਂਦਨੀ ਚੌਕ ਦਾ ਕੋਤਵਾਲ, ਉਹਦੀ ਮਦਦ ਦੇ ਨਾਲ ਅਤੇ ਜੈਬੋ ਨਿਸ਼ਾ ਦੀ ਮਦਦ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੱਤਰ 9ਵੇਂ ਪਾਤਸ਼ਾਹ ਨੂੰ ਜੇਲ੍ਹ ਵਿੱਚ ਮਚਾ ਦਿੱਤਾ ਗਿਆ। ਔਰ ਉਸ ਤੋਂ ਬਾਅਦ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸ਼ਹਾਦਤ ਦਾ ਦਿਨ ਮਿਹ ਦਿੱਤਾ ਗਿਆ। ਜਦੋਂ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸ਼ਹਾਦਤ ਹੋਈ, ਭਾਈ ਜੇਤਾ ਜੀ, ਭਾਈ ਉਦੇ ਜੀ, ਭਾਈ ਗੁਰਦਿੱਤਾ ਜੀ ਅਤੇ ਇਹਨਾਂ ਦਾ ਪਿਤਾ ਭਾਈ ਸਦਾਨੰਦ ਜੀ ਔਰ ਤਾਇਆ ਆਗਿਆ ਰਾਮ ਜੀ ਮੁਸਲਮਾਨ ਦਾ ਪਹਿਰਾਵਾ ਭੇਸ ਧਾਰ ਕੇ ਉਸ ਇਕੱਠ ਵਿੱਚ ਬੈਠੇ ਸੀ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੋਈ। 11 ਅੱਖੀ ਦੇਖਿਆ ਸਾਰਾ ਇਹ, ਹਾਂਜੀ, ਚੰਦ ਇਹਨਾਂ ਨੇ ਉਹ ਗੁਰੂ ਸਾਹਿਬ ਸ਼ਹਾਦਤ ਦਾ ਅੱਖੀ ਡਿੱਠਾ ਹਾਲ ਜਿਹੜਾ ਸਾਰਾ ਦੇਖਿਆ। ਉਸ ਉਪਰੰਤ ਇਹ ਸ਼ਹਾਦਤ ਤੋਂ ਬਾਅਦ ਆਪਣੇ ਭਾਈ ਕਲਿਆਣੀ ਦੀ ਧਰਮਸਾਲਾ 'ਚ ਵਾਪਸ ਪਹੁੰਚ ਕੇ ਪੰਜੇ। ਫਿਰ ਭਾਈ ਜੇਤਾ ਜੀ ਘੋੜੇ 'ਤੇ ਸਵਾਰ ਹੋ ਕੇ 52 ਕਿਲੋਮੀਟਰ ਸਫ਼ਰ ਕਰਕੇ 12 ਨਵੰਬਰ 1675 ਈਸਵੀ ਨੂੰ ਬਾਗਪਤ ਪਹੁੰਚੇ। ਉੱਥੇ ਸ਼ੇਖ ਵਾਹੀਉਦੀਨ ਸੀ, ਉਹਦੇ ਕੋਲ ਗਏ। ਉੱਥੇ ਭਾਈ ਜੈਤਾ ਜੀ ਨੇ ਉਸ ਟਾਈਮ ਪੁਲਿਸ ਦੀ ਵਰਦੀ ਪਾਈ ਸੀ, ਪੁਲਿਸ ਦੀ ਵਰਦੀ ਉਤਾਰ ਦਿੱਤੀ। ਉਸ ਤੋਂ ਬਾਅਦ ਮੁਸਲਮਾਨ ਫਕੀਰ ਦਾ ਭੇਸ ਧਾਰ ਲਿਆ ਔਰ ਗੁਰੂ ਸਾਹਿਬ ਦੇ ਝੋਲੇ ਨੂੰ ਗੁਰੂ ਸਾਹਿਬ ਦੇ ਪਾਵਨ ਸੀਸ ਨੂੰ ਝੋਲੇ 'ਚ ਪਾ ਕੇ ਆਪਣੇ ਗਲ 'ਚ ਪਾ ਲਿਆ, ਚਾਦਰ ਦੀ ਬੁੱਕਰ ਮਾਲ ਦੀ, ਔਰ ਸੂਫੀ ਫਕੀਰ ਦਾ ਬਾਣਾ ਫੜ ਕੇ ਹੱਥ 'ਚ ਇੱਕ ਡੰਡਾ ਫੜ ਲਿਆ। ਉੱਥੋਂ ਸਿੱਧੇ ਪੈਦਲ ਯਾਤਰਾ ਸ਼ੁਰੂ ਕਰਤੀ। 85 ਕਿਲੋਮੀਟਰ ਸਫ਼ਰ ਕਰਕੇ 12 ਨਵੰਬਰ 1675 ਈਸਵੀ ਨੂੰ ਤਰਾਵੜੀ ਪਹੁੰਚੇ। ਉੱਥੇ ਭਾਈ ਦੇਵਾ ਰਾਮ ਜੀ ਦੇ ਘਰ ਠਹਿਰੇ। 13 ਨਵੰਬਰ 1675 ਸਵੇਰ ਨੂੰ ਤੜਕਸਾਰ ਉੱਥੋਂ ਚੱਲੇ ਅਤੇ ਅੰਬਾਲਾ ਪਹੁੰਚੇ 63 ਕਿਲੋਮੀਟਰ ਸਫ਼ਰ ਕਰਕੇ। ਫਕੀਰ ਸੀ ਇੱਕ ਮੁਸਲਮਾਨ ਫਕੀਰ, ਉਹਨੇ ਭਾਈ ਰਾਮਦੇਵ ਦੇ ਘਰ ਠਹਿਰਾਇਆ। ਉੱਥੋਂ ਭਾਈ ਜੈਤਾ ਜੀ 14 ਤਰੀਕ ਨੂੰ ਸਵੇਰੇ ਹੀ ਚੱਲ ਪਏ ਅਤੇ ਨਾਭਾ ਸਾਹਿਬ 31 ਕਿਲੋਮੀਟਰ ਸਫ਼ਰ ਕਰਕੇ ਨਾਭਾ ਸਾਹਿਬ ਪਹੁੰਚੇ। ਗੁਡੀਆ ਜਿੱਥੇ ਰਾਤ ਕੱਟੀ ਇਹਨਾਂ ਨੇ, 15 ਨਵੰਬਰ 1675 ਈਸਵੀ ਨੂੰ ਭਾਈ ਜੈਤਾ ਜੀ ਤੜਕ ਸਵੇਰ ਉੱਥੋਂ ਚੱਲ ਪਏ ਔਰ 85 ਕਿਲੋਮੀਟਰ ਸਫ਼ਰ ਕਰਕੇ ਤੀਜੇ ਪਹਿਰ ਕੀਰਤਪੁਰ ਸਾਹਿਬ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਸੁਨੇਹਾ ਭੇਜਿਆ ਗਿਆ, ਗੁਰੂ ਗੋਬਿੰਦ ਸਿੰਘ ਜੀ ਕੀਰਤਪੁਰ ਸਾਹਿਬ ਪਹੁੰਚ ਗਏ। ਉੱਥੋਂ ਨਗਰ ਕੀਰਤਨ ਸ਼ਕਲ ਵਿੱਚ ਗੁਰੂ ਮਹਾਰਾਜ ਦਾ ਸੀਸ ਇੱਕ ਪਾਲਕੀ ਵਿੱਚ ਸਜਾ ਕੇ ਭਾਈ ਪਾਲਕੀ ਭਾਈ ਜੈਤਾ ਸਿਰ 'ਤੇ ਰੱਖ ਕੇ ਅਨੰਦਪੁਰ ਸਾਹਿਬ ਚਲੇ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 16 ਨਵੰਬਰ 1675 ਈਸਵੀ ਨੂੰ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਸਤਿਕਾਰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਕੀਤਾ ਔਰ ਉਸ ਤੋਂ ਬਾਅਦ ਜੁੜੀ ਸੰਗਤ ਦੇ ਇਕੱਠ ਵਿੱਚ ਭਾਈ ਜੈਤਾ ਜੀ ਨੂੰ ਦਿੱਲੀ ਦੇ ਹਾਲਾਤਾਂ ਬਾਰੇ ਪੁੱਛਿਆ। ਭਾਈ ਜੈਤਾ ਜੀ ਨੇ ਪੁੱਛਿਆ ਕਿ ਭਾਈ ਜੈਤਾ ਜੀ ਦਿੱਲੀ 'ਚ ਮੇਰਾ ਕੋਈ ਸਿੱਖ ਨਹੀਂ ਸੀ? ਉਹਨਾਂ ਨੇ ਕਿਹਾ, ਮਹਾਰਾਜ ਸਿੱਖ ਤਾਂ ਬਹੁਤ ਸੀ, ਆਪਣੇ ਆਪ ਨੂੰ ਰਮ ਭਗਤ ਕਹਾ ਕੇ ਸਾਰੇ ਉਹ ਕਰ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਐਲਾਨ ਕੀਤਾ ਕਿ ਮੈਂ ਐਸਾ ਖਾਲਸਾ ਸਾਜੂੰਗਾ, ਐਸਾ ਸਿੱਖ ਦਾ ਸਰੂਪ ਦਊਂਗਾ ਜਿਹਦੀ ਪਛਾਣ ਲੱਖਾਂ ਕਰੋੜਾਂ ਵਿੱਚ ਆਪਣੇ ਆਪ ਹੋਇਆ ਕਰੇਗੀ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਚਨ 30 ਮਾਰਚ 1699 ਦੀ ਵਿਸਾਖੀ ਨੂੰ ਪੂਰੇ ਕੀਤੇ ਔਰ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾ ਕੇ ਨਾਮ ਜੀਵਨ ਸਿੰਘ ਬਖਸ਼ਿਸ਼ ਕੀਤਾ। ਭਾਈ ਜੈਤਾ ਜੀ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ। ਇਹ ਖਿਤਾਬ ਉਹਨਾਂ ਨੂੰ ਉਦੋਂ ਮਿਲਿਆ। ਪਾਪਾ
फिर गुरु गोबिंद सिंह महाराज ने भाई जैता जी ने पूछा कोई कोई तुहाडी तमन्ना, उन्होंने कहा महाराज मैनू श्री अमृतसर के दर्शन ते इशनान बख्शो। महाराज ने दर्शन ते इशनान बख्शे अते नाल ही दुख पंजनी बेरी दे बिल्कुल सामने बूंगा भाई जैता जी बना के दिता। इस साल तुसी बाबा जीवन सिंह जी का जन्म दिहाड़ा किस तरह मनाया, की प्रोग्राम उलीके हैं तुहाडी ट्रस्ट ने, ਤੁਸੀਂ ਉਹਨਾਂ ਦੇ ਜੀਵਨ ਤੋਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਇਸ ਸਾਲ ਅਸੀਂ ਜਨਮ ਦਿਹਾੜਾ ਜੀ 27 ਅਗਸਤ ਨੂੰ ਅਸੀਂ ਅਖੰਡ ਪਾਠ ਸਾਹਿਬ ਰੱਖਿਆ ਸੀ ਅਕਾਲ ਤਖਤ ਸਾਹਿਬ, 29 ਤਰੀਕ ਨੂੰ ਭੋਗ ਪਾਏ ਗਏ ਔਰ 1 ਸਤੰਬਰ ਨੂੰ ਅਸੀਂ ਰੇਲ ਬੁੱਕ ਕਰਾਈ ਸੀ। ਉਸ ਰੇਲ ਦੇ ਵਿੱਚ ਅਸੀਂ 1 ਸਤੰਬਰ ਨੂੰ ਇੱਥੋਂ ਚੱਲੇ ਅਤੇ 2 ਸਤੰਬਰ ਨੂੰ ਪਟਨਾ ਸਾਹਿਬ ਪਹੁੰਚ ਗਏ ਸੀ। ਠੀਕ ਹੈ ਸਰ। ਔਰ 3 ਸਤੰਬਰ ਨੂੰ ਅਸੀਂ ਸਾਰੀ ਸੰਗਤ ਜਿਹੜੀ ਪੰਜਾਬ 'ਚੋਂ ਗਈ ਸੀ, ਪੰਜਾਬ, ਹਰਿਆਣਾ, ਰਾਜਸਥਾਨ, ਤਾਮਿਲਨਾਡੂ, ਉੱਤਰਾਖੰਡ ਅਤੇ ਟਾਟਾ ਨਗਰ, ਜਿੰਨੀ ਵੀ ਸੰਗਤ ਸਾਰੇ ਇੰਡੀਆ ਦੀ, ਉਹ ਸੰਗਤ ਨੂੰ ਅਸੀਂ ਸਾਰੇ ਗੁਰੂ ਘਰ ਦੇ, ਜੇ ਪਟਨਾ ਸਾਹਿਬ 'ਚ ਗੁਰੂ ਘਰ ਹੈ, ਸਾਰਿਆਂ ਦੇ ਦਰਸ਼ਨ ਕਰਾਏ। 4 ਤਰੀਕ ਨੂੰ ਅਸੀਂ ਗੁਰਦੁਆਰਾ ਗਾਇਕ ਘਾਟ ਤੋਂ ਲੈ ਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਗਰ ਕੀਰਤਨ ਸਜਾਇਆ ਔਰ 5 ਸਤੰਬਰ ਨੂੰ ਉੱਥੇ ਦੀਵਾਨ ਹਾਲ ਦੇ ਵਿੱਚ ਗੁਰਮਤਿ ਵਿਚਾਰਾਂ ਕੀਤੀਆਂ ਅਤੇ ਬਾਬਾ ਜੀਵਨ ਸਿੰਘ ਦੇ ਜੀਵਨ ਅਤੇ ਫਲਸਫੇ ਬਾਰੇ ਸੰਗਤ ਨੂੰ ਜਾਣੂ ਕਰਾਇਆ। ਸੋ ਇਸ ਤਰ੍ਹਾਂ ਅਸੀਂ ਹਰ ਸਾਲ 2020 ਤੋਂ ਨਗਰ ਕੀਰਤਨ ਦੀ ਸ਼ਕਲ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਲੈ ਕੇ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਅਸੀਂ ਜਾਂਦੇ ਹਾਂ ਇਤਿਹਾਸਕ ਦੇ ਵਿੱਚ। ਤੋ ਇਸ ਤਰ੍ਹਾਂ ਅਸੀਂ ਦਾ ਸਾਲ 2000 'ਤੇ ਸ਼ੁਰੂ ਕੀਤਾ ਹੋਇਆ ਕੰਮ। ਤੁਸੀਂ ਸਾਡੇ ਦਰਸ਼ਕਾਂ ਨੂੰ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਬਾਰੇ ਕੁਛ ਦੱਸੋ, ਉਹਨਾਂ ਦੀ ਸ਼ਹਾਦਤ ਕਿਵੇਂ ਹੋਈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 19 ਔਰ 20 ਦਸੰਬਰ 1704 ਨੂੰ ਅਨੰਦਪੁਰ ਸਾਹਿਬ ਛੱਡ ਦਿੱਤਾ। ਗੁਰੂ ਸਾਹਿਬ ਸਰਸਾ ਕੰਢੇ ਪਹੁੰਚ ਗਏ, ਇੱਥੇ ਬੜੀ ਭਿਆਨਕ ਜੰਗ ਹੋਈ ਜਿਸ ਵਿੱਚ ਗੁਰੂ ਸਾਹਿਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਘੇਰੇ 'ਚ ਆ ਗਏ, ਦੁਸ਼ਮਣਾਂ ਦੇ ਘੇਰੇ 'ਚ ਆ ਗਏ ਔਰ ਇਸ ਜੰਗ ਦੇ ਵਿੱਚ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ ਔਰ ਭਾਈ ਜੈਤਾ ਜੀ ਦੇ 2 ਛੋਟੇ ਸਪੁੱਤਰ ਭਾਈ ਗੁਲਜ਼ਾਰ ਸਿੰਘ, ਭਾਈ ਗੁਰਦਿਆਲ ਸਿੰਘ, ਮਾਤਾ ਪ੍ਰੇਮ ਕੌਰ ਸ਼ਹੀਦ ਹੋ ਗਏ ਔਰ ਉਸ ਤੋਂ ਬਾਅਦ ਭਾਈ ਜੈਤਾ ਜੀ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਦੁਸ਼ਮਣਾਂ ਦੇ ਘੇਰੇ 'ਚੋਂ ਛਡਾ ਕੇ ਲੈ ਕੇ ਗੁਰੂ ਸਾਹਿਬ ਨੂੰ ਭੱਠਾ ਸਾਹਿਬ, ਜਿਹਨੂੰ ਕਿ ਕੋਟਲਾ ਨਿਹੰਗ ਕਹਿੰਦੇ, ਉਸ ਜਗ੍ਹਾ 'ਤੇ ਆ ਕੇ ਮਿਲ ਗਏ। ਗੁਰੂ ਸਾਹਿਬ ਨੇ 1 ਰਾਤ ਉੱਥੇ ਰਹੇ। 21 ਦਸੰਬਰ 1704 ਨੂੰ ਗੁਰੂ ਸਾਹਿਬ ਦੇ 40 ਸਿੰਘ ਉੱਥੇ ਪਹੁੰਚ ਗਏ, ਚਮਕੌਰ ਗੜੀ 'ਚ ਪਹੁੰਚ ਗਏ। 10 ਲੱਖ ਮੁਗਲ ਫੌਜ ਨੇ ਚਮਕੌਰ ਗੜੀ ਨੂੰ ਘੇਰਾ ਪਾ ਲਿਆ, ਇੱਕ ਪਾਸੇ 40 ਸਿੰਘ, ਇੱਕ ਪਾਸੇ 10 ਲੱਖ ਫੌਜ। 22 ਦਸੰਬਰ 1675 ਨੂੰ ਬਹੁਤ ਭਿਆਨਕ ਜੰਗ ਹੋਈ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦੇ ਅਜੀਤ ਸਿੰਘ ਜੀ, ਸਾਹਿਬਜ਼ਾਦੇ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ, ਬਾਬਾ ਜੀਵਨ ਸਿੰਘ ਦਾ ਭਰਾ ਸੰਗਤ ਸਿੰਘ, ਸਰੋਂ ਸਾਹਿਬ ਭਾਈ ਖਜਾਨ ਸਿੰਘ ਔਰ ਵੱਡੇ ਸਪੁੱਤਰ ਭਾਈ ਸੁੱਖਾ ਸਿੰਘ, ਸੇਵਾ ਸਿੰਘ ਸ਼ਹੀਦ ਹੋ ਗਏ। ਗੱਲ ਕੀ ਕਿ 29 ਸਿੰਘ ਸ਼ਹੀਦ ਹੋ ਗਏ। 29 ਸਿੰਘ ਜਦੋਂ ਸ਼ਹੀਦ ਹੋ ਗਏ, ਸ਼ਾਮ ਦਾ ਟਾਈਮ ਸੀ, ਗੁਰੂ ਸਾਹਿਬ ਨੇ ਰਾਤ ਨੂੰ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਤੇ ਰਾਤ ਦੀ 22-23 ਦਸੰਬਰ 1675 ਰਾਤ ਨੂੰ ਗੁਰੂ ਸਾਹਿਬ ਨੇ 5 ਪਿਆਰਿਆਂ ਦੇ ਹੁਕਮ ਨੂੰ ਰੱਬੀ ਹੁਕਮ ਮੰਨਦੇ ਹੋਏ ਗੜੀ ਛੱਡਣ ਦਾ ਫੈਸਲਾ ਕਰ ਲਿਆ। ਇਸ ਸੰਬੰਧ ਵਿੱਚ ਗੁਰੂ ਸਾਹਿਬ ਦੇ ਦਰਬਾਰੀ ਕਵੀ ਕਾਂਕਣਾ ਬੜੇ ਸੁੰਦਰ ਸ਼ਬਦਾਂ ਵਿੱਚ ਲਿਖਦੇ ਆ ਉਹ, ਨਿਜ ਕਲੰਗੀ ਸਿਰ ਦਈ ਸਜਾਏ, ਦਈ ਪਾਉ ਸ਼ੱਕ ਆਪਣੀ ਪਹਿਰਾਏ, ਜੀਵਨ ਸਿੰਘ ਕੋ ਬੁਰਜ ਬਿਠਾਏ, ਤਜ ਕੜੀ ਗੁਰੂ ਗੋਬਿੰਦ ਸਿੰਘ ਜਾਏ, ਅੰਤ ਅਕੇਲਾ ਗੜ੍ਹ ਮੇ ਬੰਦੂਖੀ ਪ੍ਰਵਾਨ, ਜੀਵਨ ਸਿੰਘ ਰੇਟੜ ਜੂੰ ਜੂ ਸੰਗਦੀਨ, ਵਜ਼ੀਰਾ ਅਤਿ ਪ੍ਰਸੰਨ ਭਇਓ, ਲੀਓ ਮਾਰਗਵਿੰਦ ਦਿੱਲੀ ਤਾਇ ਸੀਸਲਾ ਖੁਸ਼ੀ ਕਰਨ ਰਹਿੰਦਾ। ਗੁਰੂ ਸਾਹਿਬ ਨੇ ਗੜੀ ਛੱਡ ਦਿੱਤੀ। ਹੁਣ ਗੜੀ ਦੇ ਵਿੱਚ ਸਿਰਫ 7-8 ਸਿੰਘ ਸੀ। 23 ਦਸੰਬਰ 1675 ਦੀ ਸਵੇਰ ਨੂੰ ਗੜੀ 'ਤੇ ਹਮਲਾ ਕਰ ਦਿੱਤਾ। 7 ਸਿੰਘ ਬਾਹਰ ਨਿਕਲ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਸ਼ਹੀਦ ਹੋ ਗਏ, ਲੇਕਿਨ ਬਾਬਾ ਜੀਵਨ ਸਿੰਘ ਗੜੀ ਦੇ ਬੁਰਜ ਦੇ ਵਿੱਚ ਬੈਠ ਕੇ ਆਪਣੀ ਨਾਗਣੀ ਅਤੇ ਬਾਗਣੀ ਬੰਦੂਕਾਂ ਨਾਲ 10 ਲੱਖ ਮੁਗਲ ਫੌਜ ਦਾ ਅਕੇਲੇ ਟੱਕਰਾ ਕਰ ਦਿੰਦੇ। ਅਖੀਰ ਬਹੁਤ ਮਹਾਨ ਯੋਧਾ ਸੀ, ਬਹੁਤ ਮਹਾਨ ਯੋਧਾ ਸੀ। ਅਖੀਰ 23 ਦਸੰਬਰ 1704 ਦੀ ਸਵੇਰ ਨੂੰ 10 ਲੱਖ ਮੁਗਲ ਫੌਜ ਨਾਲ ਟੱਕਰਾ ਕਰਦੇ ਹੋਏ ਗੁਰੂ ਜੀ ਦੇ ਨਿਰਾਲੇ ਸੰਕਲਪ 1.25 ਲੱਖ ਸੇ ਏਕ ਲੜਾਊ ਨੂੰ ਅਮਲੀ ਰੂਪ ਵਿੱਚ ਸਾਕਾਰ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਜਾ ਬਰਾਜੇ। ਸੋ ਇਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਜੋ ਆਪਣਾ ਸਾਰੀ ਜ਼ਿੰਦਗੀ ਗੁਰੂ ਘਰ ਦੇ ਲੇਖੇ ਲਾਤੀ ਔਰ ਸਾਰਾ ਪਰਿਵਾਰ, 4 ਬੇਟੇ, ਮਾਤਾ ਜੀ, ਸਹੁਰਾ ਸਾਹਿਬ ਦਾ ਪਰਿਵਾਰ, ਨਾਨਾ ਪਰਿਵਾਰ, ਨਾਨਕੇ ਪਰਿਵਾਰ, ਤਾਇਆ ਸਾਹਿਬ ਦਾ ਪਰਿਵਾਰ, ਭਾਈ ਆਗਿਆ ਰਾਮ ਜੀ ਦਾ, ਸਾਰਾ ਸ਼ਹੀਦ ਹੋਇਆ
ਔਰ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਸਿੱਖ ਕੌਮ ਵਿੱਚ ਇੱਦਾਂ ਦਾ ਕੋਈ ਪਰਿਵਾਰ ਨਹੀਂ ਹੋਣਾ ਜਿਹਨੇ ਸਾਰਾ ਜੀਵਨ ਆਪਣਾ ਗੁਰੂ ਦੇ ਲੇਖੇ ਲਾ ਦਿੱਤਾ। ਸਭ ਤੋਂ ਵੱਡੀ ਗੱਲ ਹੈ ਜੀ, ਉਹਨਾਂ ਜੀਵਨ ਜਿੱਥੇ ਲੇਖੇ ਰਹੇ, ਸਭ ਤੋਂ ਵੱਡੀ ਗੱਲ ਵਫ਼ਾਦਾਰੀ, ਵਫ਼ਾਦਾਰੀ ਨਿਭਾਈ, ਜਿਹੜੀ ਵਫ਼ਾਦਾਰੀ ਉਹਨਾਂ ਨੇ 247 ਸਾਲ ਇਸ ਪਰਿਵਾਰ ਨਾਲ ਨਿਭਾਈ ਹੈ, ਨਹੀਂ ਕੋਈ ਇਸ ਤਰ੍ਹਾਂ ਕਿੱਡਾ ਵੱਡਾ ਬਲੀਦਾਨ ਦਿੱਤਾ ਉਹਨਾਂ ਨੇ ਆਪਣੇ ਪਿਤਾ ਦਾ ਸਿਰ ਕਲਮ ਕਰਕੇ। ਇਹੋ ਜਿਹੇ ਮੇਲ ਮਿਲਾਪ ਬੜੇ ਘੱਟ ਹੁੰਦੇ ਹੈ, ਇਹੋ ਜਿਹੇ ਪਰਿਵਾਰ ਬੜੇ ਘੱਟ ਹੁੰਦੇ ਨੇ ਜਿਹੜੇ 247 ਸਾਲ ਇੱਕ ਦੂਜੇ ਦੇ ਵਫ਼ਾਦਾਰ ਰਹਿਣ। ਕਿਸੇ ਸਟੇਜ 'ਤੇ ਆਕਰ ਤਾਂ ਕਿਸੇ 'ਚ ਕੋਈ ਗੱਲ ਪੈਂਦੀ, ਪਰ ਨਾ, ਬਾਬਾ ਜੀਵਨ ਸਿੰਘ ਦੇ ਪਰਿਵਾਰ ਨੇ ਬੜਾ ਵਿਸ਼ਵਾਸ ਪਾਤਰ ਰਹੇ ਔਰ ਗੁਰੂ ਘਰ ਦੇ ਨਾਲ ਪੂਰੀ ਤਰ੍ਹਾਂ ਜੁੜੇ ਰਹੇ, ਔਰ 247 ਸਾਲ ਦੀ ਸੇਵਾ ਦਾ ਫਲ ਸੀ ਬਾਬਾ ਜੀਵਨ ਸਿੰਘ ਜੀ ਗੁਰੂ ਤੇਗ ਬਹਾਦਰ ਦੇ ਪੰਜ ਪਿਆਰਿਆਂ 'ਚ ਸ਼ਾਮਿਲ ਕੀਤਾ ਇਹਨਾਂ ਨੂੰ, ਨਾਲ ਹੀ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਜਿਹੜਾ ਕਿ ਹੋਰ ਕਿਸੇ ਨੂੰ ਨਹੀਂ ਮਿਲਿਆ। ਸੋ ਇਸ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 4 ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਇਆ, ਹਾਂਜੀ, ਅੰਮ੍ਰਿਤਪਾਨ ਕਰਵਾਇਆ, ਉਦੋਂ ਹੀ ਕਹਿੰਦੇ ਨੇ ਕਿ ਭਾਈ ਜੱਤਾ ਜੀ ਨੂੰ ਵੀ ਛਕਾਇਆ ਸੀ। ਹਾਂ, ਗੁਰੂ ਸਾਹਿਬ ਨੇ ਵਚਨ ਕੀਤੇ ਵੀ ਨਾ ਪੰਜ ਸਾਹਿਬਜ਼ਾਦਿਆਂ ਨੂੰ ਬੁਲਾਓ, ਉਹ ਕਹਿੰਦੇ ਪੰਜਵਾਂ ਕੌਣ ਹੈ? ਅੱਛਾ, ਉਹ ਕਹਿੰਦੇ ਪੰਜਵਾਂ ਗੁਰੂ ਦਾ ਬੇਟਾ ਜਿਹੜਾ ਹੈ ਭਾਈ ਜੱਤਾ ਜੀ, ਬੁਲਾਓ ਉਹਨੂੰ। ਬੁਲਾਇਆ, ਗੁਰੂ ਤੇਗ ਬਹਾਦਰ ਉਹਨੂੰ ਅੰਮ੍ਰਿਤ ਛਕਾਇਆ, ਔਰ ਪੰਜਵਾਂ ਸਾਹਿਬਜ਼ਾਦਾ ਵੀ ਉਹਨਾਂ ਨੇ ਕਿਹਾ, ਭਾਵੇਂ ਉਹਨਾਂ ਨੇ ਕਿਹਾ ਸੀ ਗੁਰੂ ਕੇ ਬੇਟੇ, ਤੂੰ ਗੁਰੂ ਦਾ ਬੇਟਾ, ਮੇਰਾ ਬੇਟਾ ਨਹੀਂ, ਗੁਰੂ ਦਾ, ਲੇਕਿਨ ਫਿਰ ਵੀ ਉਹਨਾਂ ਨੇ ਪੰਜਵਾਂ ਸਾਹਿਬਜ਼ਾਦਾ ਹੋਣ ਦਾ ਮਾਣ ਦਿੱਤਾ। ਸੋ ਜੇ ਉਹ ਮਾਣ ਭਾਈ ਜੱਤਾ ਜੀ ਨੂੰ ਗੁਰੂ ਕੇ ਬੇਟੇ ਦਾ ਮਾਣ, ਪੰਜਵਾਂ ਸਾਹਿਬਜ਼ਾਦਾ ਗੁਰੂ ਦੇ ਉਸ ਪੰਜ ਪਿਆਰਿਆਂ 'ਚੋਂ, ਐਡੀ ਵੱਡੀ ਕੁਰਬਾਨੀ ਭਾਈ ਜੱਤਾ ਜੀ ਦੀ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਹਰੇਕ ਜੰਗ ਵਿੱਚ ਜੰਗ ਲੜੀ, ਹੈ ਨਾ? ਬਿਲਕੁਲ, 14 ਜੰਗਾਂ ਦੇ ਵਿੱਚ ਇਹ ਗੁਰੂ ਸਾਹਿਬ ਦੇ ਨਾਲ ਨਾ ਰਹੇ, ਔਰ ਹਰ ਜੰਗ ਦੇ ਵਿੱਚ ਅੰਗਰਕਸ਼ਕ ਵੀ ਰਹੇ। ਉਹਨਾਂ ਦੇ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਕਮਾਂਡਰ ਸੀ ਦੋਨੋਂ ਛੋਟੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜੀ ਦੇ ਆਰਥਿਕ ਸ਼ਾਸਤਰ ਵਿੱਦਿਆ ਦੇ ਉਸਤਾਦ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦੀ ਸਮੁੱਚੀ ਵਫ਼ਾਦਾਰੀ ਨੂੰ ਧਿਆਨ ਵਿੱਚ ਰੱਖਦਿਆਂ, ਔਰ ਇਹਦੀ ਵਫ਼ਾਦਾਰੀ ਨੂੰ ਸਮੁੱਚੀ ਵਫ਼ਾਦਾਰੀ ਅਤੇ ਇਹਨਾਂ ਦੀ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ, ਇਹਨਾਂ ਦੀ ਰਿਹਾਇਸ਼ ਕਿਲ੍ਹਾ ਆਨੰਦਗੜ੍ਹ ਸਾਹਿਬ ਦੀ ਪੱਛਮੀ ਬਾਹੀ 'ਤੇ ਕਿਲ੍ਹੇ ਦੀ ਕੰਧ ਦੇ ਨਾਲ ਆਪਣ ਪਾਈ ਸੀ, ਔਰ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਆਵਾਜ਼ ਮਾਰ ਕੇ ਇਹਨੂੰ ਬੁਲਾ ਲੈਂਦੇ ਸੀ, 24 ਘੰਟੇ ਹਾਜ਼ਰ ਰਹਿੰਦੇ ਸੀ, ਔਰ ਗੜੀ ਦੇ ਕਮਾਂਡਰ ਸੀ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੀ ਦੇ ਆਰਥਿਕ ਉਦੇਸ਼ ਸ਼ਾਸਤਰ ਵਿੱਦਿਆ ਦੇ ਉਸਤਾਦ ਸਨ, ਰਣਜੀਤ ਨਗਾਰ ਦੇ ਨਗਾਰ 'ਚ ਸਨ, ਗੁਰੂ ਸਾਹਿਬ ਦੇ ਨੀਤੀਵਾਨ ਸਲਾਹਕਾਰ ਸਨ, ਬੜੇ ਇਤਿਹਾਸਕਾਰ ਸਨ, ਰਹਿਤਨਾਮਾਕਾਰ ਸਨ, ਉਹਨਾਂ ਨੇ ਕਵੀ ਸੰਸਕ੍ਰਿਤ ਮਹਾਨ ਕਵੀ ਸੀ, ਔਰ ਉਹਨਾਂ ਨੇ ਇੱਕ ਪੁਸਤਕ ਲਿਖੀ ਸ਼੍ਰੀ ਗੁਰੂ ਕਥਾ ਜਿਹਦੇ 124 ਸ਼ਲੋਕ ਹੈ। ਉਹਨੇ 124 ਸ਼ਲੋਕ ਦੇ ਵਿੱਚ ਬਹੁਤ ਜ਼ਬਰਦਸਤ ਉਹਨਾਂ ਨੇ ਇੱਕ ਤਾਂ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਕਿ ਉਹਨਾਂ ਦਾ ਦੰਦ ਕਿਹੋ ਜਿਹੇ ਸੀ, ਬੁੱਲ ਕਿਹੋ ਜਿਹੇ ਸੀ, ਅੱਖਾਂ ਕਿਹੋ ਜਿਹੇ ਸੀ, ਆਹ ਕੀ ਕਹਿੰਦੇ ਆ, ਠੋਡੀ ਕਿਹੋ ਜਿਹੀ ਸੀ, ਮੁੱਛਾਂ ਕਿਹੋ ਜਿਹੀਆਂ ਸੀ, ਨੱਕ ਕਿਹੋ ਜਿਹਾ ਸੀ, ਅੱਖਾਂ ਕਿਹੋ ਜਿਹੀਆਂ ਸੀ, ਵਾਲ ਕਿਹੋ ਜਿਹਾ ਸੀ, ਗੱਲਾਂ ਕਿਹੋ ਜਿਹੀਆਂ ਸੀ, ਹੱਥ ਕਿਹੋ ਜਿਹੇ ਸੀ, ਅੰਗੂਠੇ ਕਿਹੋ ਜਿਹੇ ਸੀ, ਪੈਰ ਕਿਹੋ ਜਿਹਾ ਸੀ, ਲੱਕ ਕਿਹੋ ਜਿਹਾ ਸੀ, ਗੱਲ ਕੀ ਸ਼ਬਦ ਚਿੱਤਰ ਇਹੋ ਜਿਹਾ ਕੀਤਾ ਜਿਹੜਾ ਕਿ ਅੱਜ ਤੱਕ ਕਿਸੇ ਕਵੀ ਨੇ ਨਹੀਂ ਕੀਤਾ। ਇਹ ਗੱਲ ਦੂਜਾ ਉਹਨਾਂ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛਕਾਇਆ, ਜਿਹੜਾ ਉਹਨਾਂ ਨੇ ਵਚਨ ਕੀਤੇ ਸੀ 16 ਨਵੰਬਰ 1675 ਸੀ, 30 ਮਾਰਚ 1699 ਈਸਵੀ ਨੂੰ ਪੂਰਾ ਕੀਤਾ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਅੰਮ੍ਰਿਤ ਛਕਾਇਆ, ਅੰਮ੍ਰਿਤ ਤਿਆਰ ਕਰਨ ਦੀ ਵਿਧੀ, ਪੰਜ ਕਕਾਰਾਂ ਦੀ ਮਾਤੇ ਸਿੱਖ ਲਈ ਰਹਿਤ ਮਰਿਆਦਾ ਦਿੱਤੀ, ਜਿਹੜੀ ਕਿ ਅੱਖੀਂ ਡਿੱਠੀ ਹੈ, ਹੋਰ ਕਿਸੇ ਨੇ ਅੱਜ ਤੱਕ ਨਹੀਂ ਦਿੱਤੀ। ਹੁਣ ਤੁਸੀਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਅਤੇ ਫਲਸਫੇ ਤੋਂ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਸੰਦੇਸ਼ ਸਾਡਾ ਇਹੀ ਹੈ ਜੀ, ਜਿਹੜੇ ਇਹੋ ਜਿਹੇ ਮਹਾਂਪੁਰਸ਼ ਹੁੰਦੇ ਉਹ ਆਪਣਾ ਜੀਵਨ ਤਾਂ ਸਫਲ ਕਰਦੇ, ਨਾਲ ਸੰਗਤ ਦਾ ਜੀਵਨ ਵੀ ਸਫਲ ਕਰਦੇ ਹੈ, ਉਹਨਾਂ 'ਤੇ ਸਿੱਖਿਆ ਲੈਣੀ ਬਣਦੀ ਹੈ ਵੀ ਜਿਸ ਤਰ੍ਹਾਂ ਉਹਨਾਂ ਨੇ ਇੱਕ ਵਫ਼ਾਦਾਰੀ ਨਿਭਾਈ ਗੁਰੂ ਘਰ ਦੇ ਵਿੱਚ, ਉਹਨਾਂ ਨੂੰ ਵਫ਼ਾਦਾਰੀ ਨਿਭਾਉਣੀ ਚਾਹੀਦੀ ਸਾਨੂੰ ਸਾਰਿਆਂ ਨੂੰ, ਔਰ ਉਹਨਾਂ ਨੇ ਜਿਵੇਂ ਸੇਵਾ ਕੀਤੀ ਉਹ ਸੇਵਾ ਕਰਨੀ ਚਾਹੀਦੀ, ਔਰ ਜੇ ਗੁਰੂ ਨਾਲ ਵਫ਼ਾਦਾਰੀ ਹੈ ਚਾਹੇ ਫਿਰ ਸਿਰ ਜਾਂਦਾ ਜਾਵੇ, ਇਹ ਸਿੱਖਿਆ ਉਹਨਾਂ ਤੋਂ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਅਤੇ ਸਿੱਖ ਇਤਿਹਾਸ ਅਤੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ 'ਤੇ ਰੌਸ਼ਨੀ ਪਾਈ ਕਿ ਕਿਸ ਤਰ੍ਹਾਂ ਉਹਨਾਂ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਸਿੱਖ ਧਰਮ ਲਈ ਕੁਰਬਾਨੀ ਦਿੱਤੀ, ਆਖਰੀ ਸਾਹ ਤੱਕ ਵਫ਼ਾਦਾਰੀ ਨਿਭਾਈ। ਹੁਣ ਸਾਨੂੰ ਵੀ ਇਹੀ ਚਾਹੀਦਾ ਹੈ ਕਿ ਉਹਨਾਂ ਦੇ ਮਾਰਗ ਦਰਸ਼ਕ ਬਣੀਏ ਅਤੇ ਗੁਰੂ ਘਰ ਪ੍ਰਤੀ ਵਫ਼ਾਦਾਰੀ ਅਤੇ ਪਿਆਰ ਨਿਭਾਈਏ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।